ਵੈਲਕਮ ਟੂ ਮਾਈ ਚੈਨਲ ਤੇ ਅੱਜ ਮੁੰਜੀ ਦੇ ਦਹਾਨ ਦੇ ਨਵੇਂ ਰੇਟਾਂ ਨਾਲ ਨਵੀਂ ਵੀਡੀਓ ਨਾਲ ਹਾਜ਼ਰ ਹਾਂ ਮੁੰਜੀ ਦੇ ਰੇਟ ਅੱਜ ਕਾਫੀ ਤੇਜ਼ ਨੇ ਦਹਾਨ 15.09 ਦੇ ਰੇਟ ਤੇਜ਼ ਨੇ ਦਹਾਨ 16.92 ਦੇ ਮੁੰਜੀ 16.92 ਦੇ ਵੀ ਰੇਟ ਤੇਜ਼ ਨੇ ਜਿਹੜੇ ਦਹਾਨ ਸੁਪਰ ਫਾਈਨ ਦਹਾਨ ਸੁਪਰ ਫਾਈਨ ਦੇ ਰੇਟ ਵੀ ਬਹੁਤ ਤੇਜ਼ ਨੇ ਤੇ ਦਹਾਨ 86 ਹਾਈਬ੍ਰਿਡ ਦਹਾਨ ਇਹਦੇ ਰੇਟ ਵੀ ਤੇਜ਼ ਨੇ ਤੇ ਮੁੰਜੀ 89 ਦੇ ਰੇਟ ਵੀ ਤੇਜ਼ ਨੇ ਲੇਕਿਨ ਅੱਗੇ ਟੁਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਦਰਖਾਸਤ ਕਿ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਰਾਈ ਮਿਹਰਬਾਨੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਤ ਭੁੱਲਿਓ ਸਭ ਤੋਂ ਪਹਿਲਾਂ ਗੱਲ ਕਰਨੇ ਦਹਾਨ ਏਰੀ 9 ਦੀ ਅੱਜ ਦਾ ਰੇਟ ਮੁੰਜੀ ਏਰੀ 9 ਅੱਜ ਦਾ ਰੇਟ 4000 ਤੋਂ ਲੈ ਕੇ 4250 ਰੁਪਏ ਪਰ ਮਨ ਮੁੰਜੀ ਏਰੀ 9 ਅੱਜ ਦਾ ਰੇਟ 4000 ਤੋਂ ਲੈ ਕੇ 4250 ਰੁਪਏ ਪਰ ਮਨ 40 ਕਿਲੋ ਦਾ ਰੇਟ ਹੈ ਇਹ ਦੇ ਰੇਟ ਵੀ ਤੇਜ਼ ਨੇ ਇਹਦੇ ਬਾਅਦ ਗੱਲ ਕਰਨੇ ਦਹਾਨ ਏ 6 ਦੀ ਹਾਈਬ੍ਰਿਡ ਦਹਾਨ ਦੀ ਅੱਜ ਦਾ ਰੇਟ 3750 ਤੋਂ ਲੈ ਕੇ 4110 ਰੁਪਏ ਪਰ ਮਨ ਮੁੰਜੀ AR6 ਅੱਜ ਦਾ ਰੇਟ 3750 ਤੋਂ ਲੈ ਕੇ 4110 ਰੁਪਏ ਪਰ ਮਨ ਇਹਦੇ ਰੇਟ ਵੀ ਨੇ ਬਹੁਤ ਤੇਜ਼ ਨੇ ਇਹਦੇ ਰੇਟ ਦਿਨ ਬਦਨ ਤੇਜ਼ ਹੋ ਰਹੇ ਨੇ ਇਹਦੇ ਬਾਅਦ ਗੱਲ ਕਰਾਂ ਦਹਾਨ ਸੁਪਰ ਫਾਈਨ ਦੀ ਆਇਦਾ ਰੇਟ 4300 ਤੋਂ ਲੈ ਕੇ 4550 ਰੁਪਏ ਪਰ ਮਨ ਦਹਾਨ ਸੁਪਰ ਫਾਈਨ ਆਇਦਾ ਰੇਟ 4300 ਤੋਂ ਲੈ ਕੇ 4550 ਰੁਪਏ ਪਰ ਮਨ ਦਹਾਨ ਸੁਪਰ ਫਾਈਨ ਦੇ ਰੇਟ ਵੀ ਤੇਜ਼ ਨੇ ਓਵਰ ਆਲ ਮੁੰਜੀ ਦੇ ਰੇਟ ਅੱਜ ਸਾਰੀਆਂ ਮੁੰਜੀਆਂ ਦੇ ਰੇਟ ਤੇਜ਼ ਨੇ ਇਦਬਾਦ ਗੱਲ ਕਰੇ ਦਹਾਂ 1692 ਦੀ ਮੁੰਜੀ 1692 ਦੀ ਅੱਜ ਦਾ ਰੇਟ ਹਾਰਵੈਸਟਰ ਵਾਲਾ ਮਾਲ ਦਹਾਂ 1692 ਦਾ ਅੱਜ ਦਾ ਰੇਟ 5000 ਤੋਂ ਲੈ ਕੇ 5250 ਰੁਪਏ ਪਰ ਮਨ ਹਾਰਵੈਸਟਰ ਵਾਲਾ ਮਾਲ ਦਹਾਂ 1692 ਦਾ ਅੱਜ ਦਾ ਰੇਟ 5000 ਤੋਂ ਲੈ ਕੇ 5250 ਰੁਪਏ ਪਰ ਮਨ ਹੱਥ ਵਾਲਾ ਮਾਲ ਦਹਾਂ 1692 ਦਾ ਅੱਜ ਦਾ ਰੇਟ 5200 ਤੋਂ ਲੈ ਕੇ 5380 ਰੁਪਏ ਪਰ ਮਨ ਹੱਥ ਵਾਲਾ ਮਾਲ ਦਹਾਂ 1692 ਦਾ ਅੱਜ ਦਾ ਰੇਟ 5200 ਤੋਂ ਲੈ ਕੇ 5380 ਰੁਪਏ ਪਰ ਮਨ ਇਦਰੇ ਰੁਬਿੰਦ ਵੀ ਬੜੇ ਤੇਜ਼ ਨੇ ਇਹਦੇ ਬਾਅਦ ਗੱਲ ਕਰਨੇ ਦਹਾਂਤ 1509 ਦੀ ਦਹਾਂਤ 1509 ਅੱਜ ਦਾ ਰੇਟ ਦਹਾਂਤ 1509 ਦਾ ਰੇਟ ਹੈ ਤੇ ਵੀ ਇਹਨੇ ਪਿਆਨ ਦਹਾਂਤ 1509 ਹਾਰਵੈਸਟਰਲ ਮਾਲ 5000 ਤੱਕ ਕੇ 5250 ਰੁਪਏ ਪਰ ਮਨ ਦਹਾਂਤ 1509 ਹਾਰਵੈਸਟਰਲ ਮਾਲ 5000 ਤੱਕ ਕੇ 5250 ਰੁਪਏ ਪਰ ਮਨ ਹੱਥਲ ਮਾਲ ਦਹਾਂਤ 1509 ਦਾ ਅੱਜ ਦਾ ਰੇਟ 5200 ਤੋਂ ਲੈ ਕੇ 5380 ਰੁਪਏ ਪਰ ਮਨ ਅਥਲ ਮਲ ਦਹਾਨ 1509 ਦਾ ਅੱਜ ਦਾ ਰੇਟ 5200 ਤੋਂ ਲੈ ਕੇ 5380 ਰੁਪਏ ਪਰ ਮਨ ਮੁੰਜੀ ਦੇ ਰੇਟਾਂ ਵਿੱਚ ਅੱਜ ਓਵਰਆਲ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਦਿਨ-ਬਦਨ ਫਿਰ ਰੇਟਾਂ ਦਾ ਵਾਧਾ ਹੋਈ ਜਾ ਰਿਹਾ ਤੇ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਮਜ਼ੀਦ ਤੇਜ਼ੀ ਦੇਖਣ ਨੂੰ ਮਿਲੇਗੀ ਐਸਨ ਮੁੰਜੀ ਦੇ ਦਹਾਨ ਦੇ ਅੱਜ ਦੇ ਰੇਟ ਯਾਦ ਰੱਖੇ ਕਿ ਮਾਰਕੀਟ ਵਿੱਚ ਦਿਨ-ਦੋਕਾਤ ਵਿੱਚ ਉਤਾਰ-ਚੜਾਉਂਦਾ ਰਹਿੰਦਾ ਹੈ ਤੇ ਮਾਰਕੀਟ ਤੋਂ ਮਾਰਕੀਟ ਦੇ ਰੇਟ ਨੰਨੇ ਬਦਲਦੇ ਰਹਿੰਦੇ ਉਤਾਰ-ਚੜਾਉਂਦਾ ਰਹਿੰਦਾ ਤੇ ਜਿਹੜੇ ਰੇਟ ਹੁੰਦੇ ਨੇ ਮਾਲ ਤੇ ਡਿਪੈਂਡ ਕਰਦੇ ਹੁੰਦੇ ਨੇ ਜਿਵੇਂ ਦਾ ਮਾਲ ਹੋਵੇ ਦਾ ਉਵੇਂ ਦਾ ਰੇਟ ਹੁੰਦੇ ਅਗਰ ਮਾਲ ਚੰਗਾ ਹੋਏ ਦਾ ਟਰੇਡ ਸਕੀਨ 'ਤੇ ਚੰਗਾ ਲੱਗਣਦੇ ਅਗਰ ਮਾਲ ਵਿੱਚ ਕਮੀ ਪੈਛੇ ਹੋ ਜਾਈ ਟਰੇਡ ਸਕੀਨ 'ਤੇ ਥੱਲੇ ਆਂਦੇ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਇ ਇਤਲਾਕ ਸੇ ਸ਼ੇਅਰ ਕਰਨਾ ਨਾ ਭੁੱਲਿਓ ਸ਼ੁਕਰੀਆ